ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਜੀ ਤੁਹਾਡਾ ਨਵੇਂ ਵਲੌਗ ਦੇ ਵਿੱਚ। ਤੇ ਅੱਜ ਪਹੁੰਚੇ ਆ ਗੁਰਦੁਆਰਾ ਰੇਰੂ ਸਾਹਿਬ ਪਾਤਸ਼ਾਹੀ ਦਸਵੀਂ। ਤੇ ਇਹ ਵੀ ਗੁਰਦੁਆਰਾ ਸਾਹਿਬ ਰੇਰੂ ਸਾਹਿਬ ਆ। ਤੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੁੱਧ ਛਕਿਆ ਸੀਗਾ। ਉਸ ਤੋਂ ਬਾਅਦ ਅੱਗੇ ਜਿਹੜਾ ਗੁਰੂ ਗੋਬਿੰਦ ਸਿੰਘ ਮਾਰਗ ਆ ਉਤੋਂ ਹੁੰਦੇ ਹੋਏ ਅੱਗੇ ਗਏ ਆ। ਤੇ ਪਿੱਛੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਂਦੇ ਆ। ਸਪੈਸ਼ਲ ਪਰਮਿਸ਼ਨ ਤੇ ਅਸੀਂ ਗੁਰਦੁਆਰਾ ਸਾਹਿਬ ਦੀ ਵੀਡੀਓ ਬਣਾਉਂਦੇ ਹੁੰਦੇ ਆ। ਗੁਰਦੁਆਰਾ ਸਾਹਿਬ ਦੇ ਵਿੱਚ ਮੋਬਾਈਲ ਫੋਨ ਲੈ ਕੇ ਜਾਣਾ ਬਿਲਕੁਲ ਮਨਾ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਸਥਾਨ ਉੱਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉੱਚ ਦੇ ਪੀਰ ਦੇ ਭੇਖ ਵਿੱਚ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਜੀ ਅਤੇ ਭਾਈ ਗਨੀ ਖਾਂ, ਭਾਈ ਨਵੀ ਖਾਂ ਜੀ ਦੇ ਨਾਲ ਰੇਰੂ ਦੇ ਦਰਖਤ ਥੱਲੇ ਆਰਾਮ ਕੀਤਾ। ਇਸ ਨਗਰ ਵਿੱਚ ਜਗਤੀਆ ਨਾਮ ਦਾ ਇੱਕ ਆਦਮੀ ਬੰਦਾ ਜੋ ਸਾਰੇ ਪਿੰਡ ਵਾਲਿਆਂ ਦੇ ਕੋਲੋਂ ਮਾਮਲਾ ਲੈਂਦਾ ਸੀ, ਔਰੰਗਜ਼ੇਬ ਬਾਦਸ਼ਾਹ ਦਾ ਖਾਸ ਬੰਦਾ ਸੀ। ਉਸ ਦਾ ਭਤੀਜਾ ਭਾਰਾ ਮੱਲ ਜੋ ਪਿੰਡ ਵਿੱਚ ਰਹਿੰਦਾ ਸੀ, ਗੁਰੂ ਜੀ ਦਾ ਆਉਣਾ ਸੁਣ ਕੇ ਗੁਰੂ ਜੀ ਦੇ ਲਈ ਦੁੱਧ ਲੈ ਕੇ ਆਇਆ। ਗੁਰੂ ਜੀ ਨੇ ਪੁੱਛਿਆ, ਤੇਰਾ ਨਾਮ ਕੀ ਹੈ? ਤਾਂ ਉਸਨੇ ਕਿਹਾ, ਗੁਰੂ ਜੀ ਸਾਰੇ ਮੈਨੂੰ ਭਾਰਾ ਮੱਲ ਕਹਿੰਦੇ ਹਨ। ਗੁਰੂ ਜੀ ਨੇ ਕਿਹਾ, ਤੂੰ ਭਾਰਾ ਹੀ ਹੈ, ਤੇਰੀ ਵੰਸ਼ ਬਹੁਤ ਵਧੇਗੀ। ਇਹ ਵਰ ਦਿੱਤਾ ਜੋ ਕਿ ਮਾਂਗਟ ਗੋਤ ਨਾਲ ਸੰਬੰਧਿਤ ਹੈ। ਇਸ ਸਥਾਨ ਤੇ ਸੰਤ ਬਾਬਾ ਅਤਰ ਸਿੰਘ ਜੀ ਨੇ ਕਾਫੀ ਸਮਾਂ ਨਾਮ ਨਾਲ ਜੋੜਿਆ ਅਤੇ ਗੁਰਸਿੱਖੀ ਦਾ ਪ੍ਰਚਾਰ ਕੀਤਾ। ਆਪ ਜਪਾਵੋ ਅਵਰਾ ਨਾਮ ਜਪਾਵੋ ਦੇ ਮਹਾਂਵਾਕਾਂ ਅਨੁਸਾਰ ਆਪ ਵੀ ਬੰਦਗੀ ਕੀਤੀ। ਆਪ ਜੀ ਨੇ ਸੰਤਾਂ ਵਾਲੀ ਉਪਾਧੀ ਨੂੰ ਨਹੀਂ ਅਪਣਾਇਆ। ਇੱਕ ਵਾਰ ਪਟਿਆਲੇ ਦੇ ਰਾਜੇ ਸੰਤ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ ਆਏ। ਸੰਤ ਬਾਬਾ ਅਤਰ ਸਿੰਘ ਜੀ ਆਪਣੇ ਹੱਥਾਂ ਨਾਲ ਪੱਠੇ ਕੁਤਰ ਰਹੇ ਸਨ। ਰਾਜਾ ਕਹਿਣ ਲੱਗਾ, ਮੈਂ ਸੰਤਾਂ ਦੇ ਦਰਸ਼ਨ ਕਰਨੇ ਹਨ। ਤਾਂ ਸੰਤਾਂ ਨੇ ਕਿਹਾ, ਪਹਿਲਾਂ ਲੰਗਰ ਵਿੱਚ ਪ੍ਰਸ਼ਾਦਾ ਛਕ ਲਵੋ। ਮਹਾਰਾਜ ਪ੍ਰਸ਼ਾਦਾ ਛਕ ਕੇ ਕਹਿਣ ਲੱਗੇ, ਮੈਨੂੰ ਸੰਤਾਂ ਦੇ ਦਰਸ਼ਨ ਕਰਾਓ। ਤਾਂ ਸੰਤਾਂ ਨੇ ਮਹਾਰਾਜੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਲਿਆ ਕੇ ਕਿਹਾ, ਅਸਲ ਸੰਤ ਇਹ ਗੁਰੂ ਗ੍ਰੰਥ ਸਾਹਿਬ ਜੀ ਹਨ, ਤਾਂ ਉਹਨਾਂ ਦੇ ਦਰਸ਼ਨ ਕਰੋ। ਉਹਨਾਂ ਦੇ ਵਰੋਸਾਏ ਸੰਤ ਬਾਬਾ ਭਗਵਾਨ ਸਿੰਘ ਜੀ ਨੇ ਅੱਗੇ ਸਿੱਖ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਇਸ ਸਥਾਨ ਦੀ ਸੇਵਾ ਸੰਤ ਬਾਬਾ ਭਗਵਾਨ ਸਿੰਘ ਜੀ ਸੰਗਤਾਂ ਦੇ ਸਹਿਯੋਗ ਨਾਲ ਕਰਵਾਈ ਅਤੇ ਸੰਤ ਭਗਵਾਨ ਸਿੰਘ ਜੀ ਆਪਣੇ ਹੁੰਦਿਆਂ ਹੀ ਇਸ ਸਥਾਨ ਦੀ ਸੇਵਾ ਗੁਰਦੁਆਰਾ ਸ਼੍ਰੋਮਣੀ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਸਾਹਿਬ ਨੂੰ ਸੌਂਪ ਗਏ ਸਨ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਸਥਾਨ ਤੇ 12 ਪੋਹ 1704 ਈਸਵੀ ਨੂੰ ਆਪਣੇ ਪਵਿੱਤਰ ਚਰਨ ਪਾਏ। ਸੰਤ ਬਾਬਾ ਅਤਰ ਸਿੰਘ ਜੀ ਇਸ ਸਥਾਨ ਤੇ 1907 ਈਸਵੀ ਦੇ ਵਿੱਚ ਆਏ। ਸੰਤ ਬਾਬਾ ਭਗਵਾਨ ਸਿੰਘ ਜੀ ਇਸ ਸਥਾਨ ਤੇ 1915 ਈਸਵੀ ਵਿੱਚ ਆਏ ਅਤੇ ਸੰਤ 1976 ਈਸਵੀ ਵਿੱਚ ਇਹ ਸਥਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪਿਆ ਗਿਆ। ਇਹ ਹੈ ਜੀ ਗੁਰਦੁਆਰਾ ਸ਼੍ਰੀ ਰੇਰੂ ਸਾਹਿਬ ਦਾ ਇਤਿਹਾਸ। ਪਿੰਡ ਰਾਮਪੁਰ, ਜ਼ਿਲ੍ਹਾ ਲੁਧਿਆਣਾ, ਸਾਨੇਵਾਲ ਦੇ ਕੋਲ ਆ ਇਹ ਸਥਾਨ। ਜਾ ਕੇ ਤੁਸੀਂ ਦਰਸ਼ਨ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੀਗਾ ਜੀ ਗੁਰਦੁਆਰਾ ਸਾਹਿਬ ਦਾ ਇਤਿਹਾਸ। ਹੁਣ ਆਪਾਂ ਤੁਹਾਨੂੰ ਅੱਗੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਂਦੇ ਹਾਂ।
ਅੱਗੇ ਰਹਿ ਗਿਆ ਜੀ ਪਿੱਛੇ ਲੰਗਰ ਹਾਲ। ਲੰਗਰ ਛੱਕ ਕੇ ਨਿਕਲੇ ਹਾਂ ਅਤੇ ਆਨੰਦ ਆ ਗਿਆ ਐਨ, ਯਾਨੀ ਕਿ ਸਵੇਰ ਦੇ ਨਿਕਲੇ ਹੋਏ ਹਾਂ ਘਰੋਂ ਅਤੇ ਸਵੇਰੇ ਘਰੋਂ ਨਿਕਲਣ ਲੱਗੇ ਨੇ, ਇੱਕ ਪਰੌਂਠੀ ਖਾਧੀ ਸੀ ਚਾਹ ਨਾਲ ਅਤੇ ਹੁਣ ਇੱਥੇ ਆਪਾਂ ਪ੍ਰਸ਼ਾਦਾ ਛਕਿਆ, ਦਾਲ ਦੇ ਨਾਲ ਖੀਰ ਸੀਗੀ ਅਤੇ ਪਰ ਦੋ ਦੋ ਫੁਲਕੇ ਆਪਾਂ ਛੱਕ ਕੇ ਹੁਣ ਤਸੱਲੀ ਜੀ ਹੋ ਗਈ ਆ ਅਤੇ ਹੁਣ ਆਪਾਂ ਤੁਹਾਨੂੰ ਸਾਰੇ ਦਰਸ਼ਨ ਕਰਾਵਾਂਗੇ। ਦੱਸਿਆ ਇਹ ਵੀ ਜਾਂਦਾ ਹੈ ਵੀ ਜਿਹੜੇ ਸੰਤ ਬਾਬਾ ਅਤਰ ਸਿੰਘ ਜੀ ਸੀਗੇ ਉਹ ਇੱਕ ਮਿਲਟਰੀ ਦੇ ਵਿੱਚ ਫੌਜੀ ਹੁੰਦੇ ਸੀਗੇ ਅਤੇ ਬਾਕੀ ਇਤਿਹਾਸ ਆਪਾਂ ਵਿੱਚ ਸੈੱਟ ਕਰ ਦੇਵਾਂਗੇ, ਸਕਰੀਨ ਸ਼ੋਟ ਲੈ ਕੇ ਤੁਸੀਂ ਦੇਖ ਲਿਓ, ਪੜ੍ਹ ਲਿਓ। ਗੁਰਦੁਆਰਾ ਸਾਹਿਬ ਦੇ ਵਿੱਚ ਇੱਧਰ ਮੱਥਾ ਟੇਕਣ ਆਏ ਸੀਗੇ ਤਾਂ ਜਿਹੜਾ ਪਿੱਪਲ ਦਾ ਦਰਖਤ ਆ, ਮੈਂ ਤਾਂ ਮੋਟਰਸਾਈਕਲ ਛਾਵੇਂ ਦੇ ਕੇ ਥੱਲੇ ਲਾ ਦਿੱਤਾ, ਬਟ ਉੱਪਰ ਬੰਗਲਿਆਂ ਦੇ ਜਿਹੜੇ ਆ ਆਲ੍ਹਣੇ ਪਏ ਹੋਏ ਸੀਗੇ, ਵੀ ਮੈਨੂੰ ਨਹੀਂ ਸੀ ਪਤਾ ਵੀ ਬੰਗਲਿਆਂ ਦੇ ਆਲ੍ਹਣੇ ਪਏ ਹੋਏ ਆ ਉੱਪਰ, ਅਤੇ ਮੈਂ ਜਲਦਬਾਜ਼ੀ 'ਚ ਮੋਟਰਸਾਈਕਲ ਲਾ ਕੇ ਗੁਰਦੁਆਰਾ ਸਾਹਿਬ ਦੇ ਅੰਦਰ ਦਰਸ਼ਨ ਕਰਨ ਚਲੇ ਗਿਆ। ਅਤੇ ਜਦੋਂ ਕੁਛ ਸਮਾਂ ਪਾ ਕੇ ਗੁਰਦੁਆਰਾ ਸਾਹਿਬ ਤੋਂ ਮੈਂ ਦਰਸ਼ਨ ਕਰਕੇ ਬਾਹਰ ਆਇਆ ਕੁਛ ਸਮੇਂ ਬਾਅਦ, ਅਤੇ ਉਹ ਤੋਂ ਬਾਅਦ ਜਦੋਂ ਮੈਂ ਦੇਖਿਆ ਵੀ ਮੋਟਰਸਾਈਕਲ ਦੇ ਉੱਤੇ ਉਹਨਾਂ ਨੇ ਐਨ ਜਾਣੀ ਬਿੱਠਾਂ ਕਰ ਕਰਕੇ ਐਨ ਚਿੱਟਾ ਕਰਤਾ ਸਾਰਾ ਮੋਟਰਸਾਈਕਲ, ਅਤੇ ਬੂਟ ਵੀ ਲਾਹਣੇ ਪਏ, ਚੱਪਲਾਂ ਹੀ ਪਾਈਆਂ ਹੋਈਆਂ ਵਾ ਦੇਖ ਲਓ ਤੁਸੀਂ, ਛਿੱਟੇ ਛਿੱਟੇ ਪਾ ਤੇ, ਅਤੇ ਆਹ ਤੁਸੀਂ ਆਪ ਦੇਖ ਸਕਦੇ ਹੋ ਵੀਡੀਓ ਦੇ ਵਿੱਚ, ਅਤੇ ਆਹ ਸਾਰਾ ਜਿਹੜਾ ਮੋਟਰਸਾਈਕਲ ਆ, ਚਲੋ ਬਾਬਾ ਜੀ ਉੱਥੇ ਦੇ ਜਾਣਕਾਰ ਸੀਗੇ ਅਤੇ ਬਾਬਾ ਜੀ ਨੇ ਐਨ ਸਮਰਸੀਬਲ ਚਲਾ ਕੇ ਸਾਨੂੰ ਪੈਪ ਲਾ ਕੇ ਦੇ ਦਿੱਤੀ, ਸਰਫ ਵੀ ਦੇ ਦਿੱਤਾ, ਅਤੇ ਆਹ ਦੇਖ ਲਓ ਹੁਣ ਮੋਟਰਸਾਈਕਲ ਐਨ ਧੋ ਕੇ ਆਪਾਂ ਲਿਸ਼ਕਾ ਤਾ ਚੰਗੀ ਤਰ੍ਹਾਂ। ਮੈਂ ਦੱਸਣਾ ਇਹ ਚਾਹੁੰਦਾ ਵਾਂ ਵੀ ਜੇ ਕੱਲ੍ਹ ਨੂੰ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਦਰਸ਼ਨ ਕਰਨ ਜਾਓ ਤਾਂ ਆਪਣਾ ਬਾਈਕ ਦਾ ਜਿਹੜਾ ਕਾਰ ਆ, ਚਾਹੇ ਤੁਹਾਡੇ ਕੋਲ ਬਾਈਕ ਆ, ਖਾਸ ਧਿਆਨ ਰੱਖੋ ਤਾਂ ਕਿ ਲਿਬੜਨ ਤੋਂ ਬਚਾਇਆ ਜਾ ਸਕੇ ਉਹਨੂੰ, ਕਿਉਂਕਿ ਮੈਂ ਕਹਿੰਦਾ ਵੀ ਐਨ ਫੈਵੀਕੋਲ ਦੀ ਤਰ੍ਹਾਂ ਇੰਨੇ ਤਕੜੇ ਉਹਨਾਂ ਨੇ ਬਿੱਠਾਂ ਕੀਤੀਆਂ ਵੀ ਜੰਮ ਹੀ ਗਈਆਂ। ਧਿਆਨ ਰੱਖਿਓ ਤੁਸੀਂ ਵੀ ਆਪਣਾ ਜੇ ਤੁਸੀਂ ਦਰਸ਼ਨ ਕਰਨ ਜਾਓਗੇ। ਵੀਡੀਓ ਲਾਈਕ ਕਰਿਓ, ਕਮੈਂਟ ਕਰਿਓ, ਜੇ ਚੰਗੀ ਲੱਗੇ ਤਾਂ ਸ਼ੇਅਰ ਕਰਿਓ। ਮਿਲਦੇ ਆਉਣ ਵਾਲੇ ਨਵੇਂ ਵਲੋਗ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।